ਪੁਰਾਣੇ ਸਮੇਂ ਵਿੱਚ ਇੱਕ ਪ੍ਰਚਲਿਤ ਦੀ ਕਹਾਵਤ ਬਣੀ ਹੋਈ ਸੀ ਕਿ ਖੂਹ ਦੇ ਡੰਡੀ ਨੂੰ ਕਿਸੇ ਨੇ ਆਖਿਆ ਸਮੁੰਦਰ ਬਹੁਤ ਵੱਡਾ ਹੈ। ਆਖਰ ਸਾਰੇ ਖੂਹ ਦਾ ਚੱਕਰ ਕੱਢ ਕੇ ਕਹਿਣ ਲੱਗਾ ਫਿਰ ਇਹਨੂੰ ਸਭ ਸੰਗ ਰਹੇ ਕੋਈ, ਕਿਉਂਕਿ ਜ਼ਿਹਨ ਮਨੁੱਖ ਦਾ ਓਨਾ ਕੁ ਬਣ ਜਾਂਦਾ ਹੈ, ਸੋਚਣ ਸ਼ਕਤੀ ਗਿਆਨ ਦਾ ਘੇਰਾ ਓਨਾ ਕੁ ਬਣ ਜਾਂਦਾ ਜਿਸ ਘੇਰੇ ਵਿੱਚ ਮਨੁੱਖ ਰਹਿੰਦਾ। ਜਦੋਂ ਮਨੁੱਖ ਗੁਰਬਾਣੀ ਦੇ ਘੇਰੇ ਵਿੱਚ ਜਾਏਗਾ ਨਾ ਵੱਡੇ ਨੂੰ ਸਮਝਣ ਲਈ ਮਤ ਛੋਟੀ ਨਹੀਂ ਰੱਖਣੀ। ਬਹਿਸ ਕੀਤੀ ਸੀ ਗੁਰੂ ਨੂੰ ਆਖਣਾ ਪਿਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰੱਖ, ਬਲਕਿ ਇਹ ਵੀ ਫੈਸਲਾ ਦੇਣਾ ਪਿਆ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹਨੂੰ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਚ ਆਪਣੇ ਆਪਣੇ ਅੰਦਾਜ਼ੇ ਲਾ ਕੇ ਸਾਖੀਆਂ ਇਤਿਹਾਸ ਕੱਢ ਦਿੱਤੇ। ਜਿੰਨਾ ਕੁ ਮੇਰਾ ਜ਼ਿਹਨ ਹੈ ਮੈਂ ਉਹਨਾਂ ਕੀ ਚੱਕਰ ਲਾਉਣਾ, ਸਾਗਰ ਨੂੰ ਉਹਨੇ ਕੇ ਘੇਰੇ ਵਿੱਚ ਲੈ ਲਿਆ ਖੂਹ ਦੇ ਡੰਡੂ ਨੇ। ਸੰਸਾਰਿਕ ਇਤਿਹਾਸ ਕਾਰਨ ਸਾਖੀ ਕਾਰਨ ਕਲਮਦਾਨਾਂ ਗੁਰੂ ਨੂੰ ਚਿਤਰਨ ਲੱਗਿਆ ਵੀ ਉਹਨੇ ਕੇ ਘੇਰੇ ਨਿਸ਼ਚਿਤ ਕਰ ਲਿਆ। ਥੋੜੀ ਜਿਹੀ ਵਿਸ਼ਾਲਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਰੱਬੀ ਘੇਰੇ ਬਾਰੇ ਗਿਆਨ ਲਈਏ ਇਹਦੇ ਵਿੱਚ ਔਕੜ ਤਾਂ ਆਵੇਗੀ, ਕਿਉਂਕਿ ਮਨੁੱਖ ਦੀ ਕਲਮ ਨੇ ਜਿਹੜੇ ਘੇਰੇ ਬਣਾਏ ਹੋਣੇ ਉਹ ਸਾਨੂੰ ਤੋੜਨੇ ਪੈਣਗੇ, ਮੁਸ਼ਕਿਲ ਆਏਗੀ। ਮੈਨੂੰ ਕਈ ਵਾਰੀ ਸੋਚੀ ਪੈ ਜਾਂਦਾ ਔਕੜਾਂ ਹੁੰਦੀਆਂ ਵਿਰੋਧ ਹੁੰਦੇ ਕਿ ਮਨੁੱਖ ਸੋਚਦਾ ਉਸੇ ਘੇਰੇ ਮੁਤਾਬਕ ਜਿਹੜੀਆਂ ਸਾਖੀਆਂ ਜਿਹੜੀਆਂ ਕਹਾਣੀਆਂ ਉਹਨੇ ਸੁਣੀਆਂ ਹੁੰਦੀਆਂ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਜਦ ਜਾਂਦੇ ਇਹਦਾ ਘੇਰਾ ਬਹੁਤ ਵੱਡਾ ਹੈ, ਕਿਉਂਕਿ ਇਹ ਰੱਬ ਨੂੰ ਜਾਣਦਾ ਹੈ। ਗੁਰੂ ਕਹਿੰਦੇ ਉਸਨੂੰ ਜਿਹੜਾ ਰੱਬ ਨੂੰ ਜਾਣਦਾ ਹੈ, ਜਿਹੜਾ ਰੱਬ ਨੂੰ ਨਹੀਂ ਜਾਣਦਾ ਉਹ ਗੁਰੂ ਨਹੀਂ ਹੋ ਸਕਦਾ। ਫੈਸਲਾ ਗੁਰਬਾਣੀ ਦਾ ਗੁਰੂ ਕਹਿੰਦੇ ਸਤਪੁਰਖ ਜਿਨ ਜਾਣਿਆ ਬਸ ਗੁਰੂ ਸਾਹਿਬ ਵਿੱਚ ਪੜ੍ਹਨੇ ਫੈਸਲਾ ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਸਤਿਗੁਰੂ ਕਹਿੰਦੇ ਹੀ ਉਹਨੂੰ ਵੀ ਜਿਹੜਾ ਸਤਪੁਰਖ ਨੂੰ ਜਾਣ ਲੈ, ਜਿਹੜਾ ਸਤਪੁਰਖ ਨੂੰ ਜਾਣਦਾ ਹੀ ਨਹੀਂ ਉਹ ਗੁਰੂ ਕਿਵੇਂ ਹੋ ਸਕਦਾ। ਹੁਣ ਸਤਪੁਰਖ ਨੂੰ ਜਾਣਨ ਲਈ ਓਡਾ ਹੀ ਵਿਸ਼ਾਲ ਘੇਰਾ ਹੋਣਾ ਚਾਹੀਦਾ, ਬਸ ਉਹ ਘੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦਾ ਹੈ, ਸਾਨੂੰ ਵਿਚਾਰਨ ਲਈ ਕੋਈ ਉਦਮ ਦਿੰਦਾ ਹੈ ਦੂਰ ਕਰ ਵਿਚਾਰ। ਅੱਜ ਦਾ ਸਬਜੈਕਟ ਵੀ
ਕੁਝ ਇਸੇ ਗੱਲ ਦੇ ਮੁਹਤਾਜ ਹੈ। ਹੁਣ ਸਾਖੀਕਾਰ ਨੇ ਕੇਵਲ ਇੱਕ ਗੁਰੂ ਨਾਲ ਤਖਤ ਜੋੜ ਦਿੱਤਾ, ਕਿਉਂ? ਕਿਉਂਕਿ ਉਹ ਦੁਨੀਆਦਾਰੀ ਪਰਖਣਾ ਦੇਖਣਾ ਜਾਣਦਾ ਸੀ। ਦੁਨੀਆਦਾਰੀ ਤੇ ਦੁਨੀਆ ਦੇ ਇਤਿਹਾਸ ਵਿੱਚ ਜਹਾਂਗੀਰ ਨਾਲ ਗੁਰੂ ਘਰ ਦਾ ਟਕਰਾਓ ਹੋਇਆ ਸੀ। ਇਸ ਤੋਂ ਪਹਿਲਾਂ ਟਕਰਾਓ ਨਹੀਂ ਸੀ, ਕਦੀ ਇਤਿਹਾਸ ਨਹੀਂ ਸੀ ਦੇਖੀ। ਸਾਡੇ ਸਾਹਮਣੇ ਕਈ ਚੀਜ਼ ਆਉਂਦੀ, ਬਾਬਰ ਦੀ ਸਿਆਸਤ ਨੂੰ ਗੁਰੂ ਨੇ ਬਣਾ ਲਿਆ, ਐਸੀ ਗੱਲ ਨਹੀਂ। ਮੀਰੀ ਪੀਰੀ ਦਾ ਲਫ਼ਜ਼ ਜਿਹੜਾ ਹੈ, ਅਸੀਂ ਕੇਵਲ ਇੱਕ ਗੁਰੂ ਨਾਲ ਜੋੜ ਦਿੱਤਾ। ਜਿੱਥੇ ਸਿਆਸਤ ਮੀਰੀ ਪੀਰੀ ਦਾ ਤਾਂ ਸਿਆਸਤ ਦੇ ਧਰਮ, ਸਿਆਸਤ ਧਰਮ। ਜਦੋਂ ਬਾਬਰ ਆਇਆ ਉਦੋਂ ਵੀ ਮੀਰ ਲਫ਼ਜ਼ ਸੀ, ਗੁਰਬਾਣੀ ਵਿੱਚ ਵੀ ਆਇਆ, ਕੋਟੀ ਹੂ ਪੀਰ ਵਰਜ ਰਹਾਏ। ਜਦ ਮੀਰ ਸੁਣਿਆ ਢਾਇਆ, ਜਦੋਂ ਪਤਾ ਲੱਗਾ ਬਾਦ ਕੋਈ ਬਾਬਰ ਵਰਗਾ ਬਾਦਸ਼ਾਹ ਚੜ੍ਹ ਕੇ ਆ ਰਹੇ, ਮੀਰ ਆ ਰਹੇ, ਪੀਰ ਇਕੱਠੇ ਹੋ ਗਏ, ਇਹਨਾਂ ਨੂੰ ਇਕੱਠਾ ਕਰ ਲਏ। ਇਸ ਸ਼ਕਤੀ ਨਾਲ ਅਸੀਂ ਮੀਰ ਨੂੰ ਢਾ ਲਵਾਂਗੇ। ਮੀਰ ਦਾ ਮਤਲਬ ਹੈ ਬਾਦਸ਼ਾਹ, ਸਿਆਸੀ, ਰਾਜ ਗੱਦੀ ਦਾ ਸੀ। ਗਿਆਨ ਰਾਹੀਂ ਪਰਦੇ ਲਾਉਣ ਵਾਲਾ ਗੁਰੂ ਨਾਨਕ ਧਰਮ ਤੋਂ ਵਿੱਚ ਰਹਿ ਕੇ ਸਿਆਸਤ ਤੋਂ ਵੱਖ ਸੀ, ਸਿਆਸਤ ਤੋਂ ਵੱਖ ਸੀ। ਤਾਂ ਉਹਨੂੰ ਕੀ ਲੋੜ ਸੀ ਮੀਰ ਦੇ ਸਾਹਮਣੇ ਜਾ ਕੇ ਖੜਾ ਹੋ ਕੇ ਉਹਨੂੰ ਚੈਲੇਂਜ ਕਰਨ? ਗੁਰੂ ਨਾਨਕ ਧਰਮੀ ਉਹ ਧਰਮ ਸਿੱਖਣ ਆਇਆ, ਪਰ ਜਾ ਖਲੋਤਾ ਮੀਰ ਦੇ ਸਾਹਮਣੇ, ਉਹਨੂੰ ਵੰਗਾਰ ਰਿਹਾ। ਕਿਉਂਕਿ ਧਰਮ ਦਾ ਮਤਲਬ ਹੀ, ਪੀਰੀ ਦਾ ਮਤਲਬ ਹੀ ਮੀਰੀ ਨੂੰ ਸੇਧ ਦੇਣਾ ਹੈ। ਆ ਪੀਰੀ ਤੇ ਮੀਰੀ ਇਕੱਠੀ ਰੱਖਣ ਦਾ ਮਕਸਦ ਹੈ। ਪੀਰੀ ਧਰਮ ਮੀਰੀ ਨੂੰ ਸੇਧ ਦੇਵੇ। ਅੱਜ ਦਾ ਦੁਖਾਂਤ ਵੀ ਕੀ ਹੈ, ਪੀਰੀ ਮੀਰੀ ਨੂੰ ਸੇਧ ਨਹੀਂ ਦੇ ਰਹੀ, ਉਲਟਾ ਮੀਰੀ ਪੀਰੀ ਨੂੰ ਸੇਧ ਦੇ ਰਹੀ। ਅੱਜ ਦਾ ਰਾਜ ਸਿੰਘਾਸਨ ਧਰਮ ਨੂੰ ਸੇਧ ਕਰ ਦਿੰਦਾ ਹੈ। ਉੱਥੇ ਬਾਬਰ ਗੁਰੂ ਨਾਨਕ ਨੂੰ ਸੇਧ ਨਹੀਂ ਦੇ ਰਿਹਾ, ਗੁਰੂ ਨਾਨਕ ਬਾਬਰ ਨੂੰ ਸੇਧ ਦੇ ਰਿਹਾ, ਤੇ ਇਹ ਵੀ ਨਹੀਂ ਸੇਧ ਨਹੀਂ ਦੇ ਰਿਹਾ। ਧਰਮ ਉਹੋ ਹੀ, ਧਰਮੀ ਉਹੋ ਹੀ, ਪੀੜੀ ਉਹੋ ਹੀ ਜਿਹੜਾ ਵਕਤ ਦੇ ਹਾਲਾਤ ਮੁਤਾਬਕ ਕਿਸੇ ਮੀਰ ਦੇ ਜ਼ੁਲਮ ਦੇ ਸਾਹਮਣੇ ਚੈਲੇਂਜ ਬਣ ਕੇ ਖੜਾ ਹੋ ਜਾਏ। ਗੁਰੂ ਨਾਨਕ ਸਾਹਿਬ ਗੁਰੂ ਨਾਨਕ ਦੀ ਗੱਲ ਕਰਦੇ ਹਾਂ, ਗੁਰਪੁਰਬ ਤੇ ਮੈਂ ਗੱਲ ਕਹੀ ਸੀ ਵੀ ਗੁਰੂ ਨਾਨਕ ਨੂੰ ਅਸੀਂ ਢੂੰਡਣੇ ਆ ਗੁਰਦੁਆਰਿਆਂ ਵਿੱਚ, ਗੁਰਪੁਰਬ ਆ ਗਿਆ, ਚਲੋ ਜੀ ਗੁਰੂ ਨਾਨਕ, ਗੁਰੂ ਨਾਨਕ ਨੂੰ ਅਸੀਂ ਢੂੰਡਣੇ ਆ ਧਰਮ ਸਥਾਨਾਂ ਤੀਰਥਾਂ ਤੇ। ਤੇ ਮੈਂ ਆਖਿਆ ਸੀ ਸਾਨੂੰ ਗੁਰੂ ਨਾਨਕ ਕਿਉਂ ਨਹੀਂ ਮਿਲਦਾ, ਕਿਉਂਕਿ ਗੁਰੂ ਨਾਨਕ ਤਾਂ ਖਲੋਤਾ ਬਾਬਰ ਦੇ ਸਾਹਮਣੇ। ਸਾਡੇ ਕੋਲ ਜੁਰਤ ਨਹੀਂ ਸੀ ਬਾਬਰ ਦੇ ਸਾਹਮਣੇ ਜਾਣ ਤੋਂ, ਕੰਬਣੇ ਉੱਥੇ ਜਾਈਏ ਤਾਂ ਸਾਨੂੰ ਗੁਰੂ ਨਾਨਕ ਮਿਲੇ, ਬਾਬਰ ਦੇ ਸਾਹਮਣੇ ਜਾਣ ਨਹੀਂ ਸਾਡੇ ਕੋਲ ਤੱਕ ਉੱਥੇ। ਇਹ ਤਾਂ ਮਤਲਬ ਪੀਰੀ ਮੀਰੀ ਦੇ ਸਾਹਮਣੇ ਸੱਚ ਕਹਿਣ ਦੀ ਗੁਰੂ ਨਾਨਕ ਦੀ ਨਿਸ਼ਾਨੀ ਹੈ। ਇਹਦਾ ਮਤਲਬ ਗੁਰੂ ਨਾਨਕ ਮੇਰਾ ਪੀਰ ਨਹੀਂ, ਸਿਆਸਤ ਨੂੰ ਸੇਧ ਦੇਣ ਵਾਲਾ ਇੱਕ ਵੱਡਾ ਸਿਆਸਤਦਾਨ ਵੀ ਹੈ। ਇਸ ਲਈ ਪੀਰੀ ਮੀਰੀ ਤਾਂ ਗੁਰੂ ਨਾਨਕ ਤੋਂ ਇਕੱਠੀ ਹੋ ਗਈ। ਸ੍ਰੀ ਗੁਰੂ
ਆਨੰਦ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਲਾਈਨ ਆ ਗਈ ਕਹਿਣ ਲੱਗੇ ਸਿੰਘਾਸਨ ਤੇ ਬੈਠੇ ਨੇ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੀ ਦੋ ਹੀ ਫੇਰੀ ਕਰਤੇ ਬੰਦ ਬਹਾਲੀ ਗੁਰਬਾਣੀ ਅਗਲੀ ਲਾਈਨ ਪੜ੍ਹੋ ਕਾਇਆ ਨਾਨਕ ਕਾਇਆ ਪਲਟ ਕੇ ਅਗਲੀ ਪੁੱਤੀ ਨਾਨਕ ਕਾਇਆ ਪਲਟ ਕੇ ਮਰ ਤਖਤ ਬੈਠਾ ਸਹਿਜਾ ਜੇ ਤਖਤ ਤੇ ਗੁਰੂ ਨਾਨਕ ਬੈਠਾ ਸੀ ਇਹਦਾ ਮਤਲਬ ਇਹ ਸੀ ਤਖਤ ਮੇਰੇ ਵਾਸਤੇ ਹੁੰਦਾ ਅਸੀਂ ਗੁਰਬਾਣੀ ਤੋਂ ਬਹੁਤ ਕੁਛ ਸਮਝ ਗੁਰੂ ਅਰਜਨ ਪਾਤਸ਼ਾਹ ਜੀ ਦਾ ਜਨਮ ਦਿਨ ਹੈ ਗੁਰੂ ਨਾਨਕ ਵੀ ਇੱਕ ਤਖਤ ਦਾ ਮਾਲਕ ਹੈ ਨਾਨਕ ਕਾਇਆ ਪਲਟ ਕੇ ਜਿਹੜਾ ਗੁਰੂ ਅੰਗਦ ਦੀ ਦੋਹੀ ਫਰੀ ਜਦੋਂ ਗੁਰੂ ਅੰਗਦ ਪਾਤਸ਼ਾਹ ਬੈਠੇ ਤੇ ਲੋਕਾਂ ਨੇ ਵੇਖਿਆ ਨਾਨਕ ਕਾਇਆ ਪਲਟ ਕੇ ਕੇਵਲ ਸਰੀਰ ਬਦਲਿਆ ਕਾਇਆ ਪਲਟ ਮਲ ਤਖਤ ਬੈਠਾ ਸਹਿਦਾ ਜੀ ਉਸੇ ਤਖਤ ਤੇ ਜਿੱਥੇ ਗੁਰੂ ਨਾਨਕ ਬੈਠਾ ਸੀ ਉੱਥੇ ਗੁਰੂ ਅੰਗਦ ਬਹਿ ਗਏ ਇਹਦਾ ਮਤਲਬ ਤਖਤ ਗੁਰੂ ਨਾਨਕ ਵੇਲੇ ਦੀ ਸੀ ਮੇਰੀ ਗੁਰੂ ਨਾਨਕ ਵੇਲੇ ਦੀ ਸੀ ਸਾਧ ਅੱਗੇ ਚਲੀਏ ਤੇ ਇਸ ਹੱਥ ਇਸੇ ਤਰ੍ਹਾਂ ਤੋਂ ਤੁਰਿਆ ਜਾਂਦਾ ਕਿ ਰਾਜ ਯੋਗ ਤਖਤ ਦੀਓ ਗੁਰੂ ਰਾਮਦਾਸ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦੀਓ ਗੁਰੂ ਰਾਮਦਾਸ ਇਹਦਾ ਮਤਲਬ ਤਖਤ ਸੀ ਅਸੀਂ ਕੇਵਲ ਤੇ ਕੇਵਲ ਗੁਰੂ ਦੇ ਇੱਕ ਜਾਮੇ ਨਾਲ ਤਖਤ ਅਲਫਜ਼ ਜੋੜ ਲਿਆ ਕਿਉਂਕਿ ਸਾਨੂੰ ਉਸ ਜਾਮੇ ਦੇ ਓਨੇ ਕੁ ਇੱਕ ਸਥਾਨੀ ਤਖਤ ਦੀ ਲੋੜ ਸੀ ਗੁਰੂ ਨਾਨਕ ਤਾਂ ਕਿਹਾ ਬਹੁਤ ਵੱਡਾ ਸੀ ਹੁਣ ਆਹ ਸ਼ਬਦ ਜਿਹੜਾ ਅੱਜ ਮੈਂ ਤੁਹਾਡਾ ਸਾਂਝਾ ਕਰ ਰਿਹਾ ਇਹ ਗੁਰੂ ਅਮਰਦਾਸ ਸਾਹਿਬ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਬਹੁਤ ਪਹਿਲਾਂ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਉਹਦੇ ਵਿੱਚ ਉਸ ਤਖਤ ਦੀ ਸਾਰੀ ਕਹਾਣੀ ਦੱਸਦੇ ਤੇ ਕਹਿੰਦੇ ਨੇ ਸਿੰਘਾਸਨ ਤੇ ਕੋਈ ਬਾਦਸ਼ਾਹ ਬਹਿੰਦਾ ਜਿਹਦਾ ਹੁਕਮ ਚੱਲਦਾ ਹੋ ਜਿਹੜਾ ਨਿਡਰ ਤੇ ਨਿਰਭੈ ਹੋ ਗੁਲਾਮ ਨਾ ਹੋ ਗੁਲਾਮ ਵਿਅਕਤੀ ਕੋਈ ਬਾਦਸ਼ਾਹ ਵੀ ਗੁਲਾਮ ਹੋ ਜਾਏ ਫਿਰ ਤਖਤ ਦਾ ਵਾਰਸ ਨਹੀਂ ਰਹਿੰਦਾ ਕਈ ਵਾਰ ਬਾਦਸ਼ਾਹ ਬਾਦਸ਼ਾਹਾਂ ਨਾਲ ਭਿੜਦੇ ਨੇ ਰਾਜੇ ਰਾਜਿਆਂ ਨਾਲ ਭਿੜਦੇ ਨੇ ਤੇ ਜਦੋਂ ਕੋਈ ਰਾਜਾ ਦੂਜੇ ਰਾਜੇ ਨਾਲ ਭਿੜ ਕੇ ਗੁਲਾਮ ਹੋ ਜਾਏ ਉਹਦੇ ਸਾਹਮਣੇ ਹਥਿਆਰ ਸੁੱਟਦੇ ਹਾਰ ਜਾਏ ਆਪਣੀ ਸੋਚ ਆਪਣੀ ਸ਼ਕਤੀ ਫਿਰ ਉਹ ਤਖ਼ਤ ਤੇ ਨਹੀਂ ਬੈਠ ਸਕਦਾ ਤਖ਼ਤ ਗੁਲਾਮਾਂ ਲਈ ਨਹੀਂ ਹੁੰਦੇ ਤਖ਼ਤ ਸਟੈਬਲਿਸ਼ ਸੋਚ ਲਈ ਹੁੰਦੇ ਨੇ ਸ਼ਕਤੀਵਾਨ ਆਵਾਜ਼ ਲਈ ਹੁੰਦੇ ਨੇ ਕਹਿਣ ਲੱਗੇ ਸੱਚੇ ਤਖਤ ਰਚਾਇਆ ਬੈਸਣ ਕੋ ਜਾਏ ਇੱਕ ਤਖਤ ਮੇਰੇ ਰੱਬ ਨੇ ਬਣਾਇਆ ਬੜਾ ਵੱਡਾ ਤਖਤ
ਜਿੱਡਾ ਆਪ ਸੀ ਉਡਾ ਹੀ ਵੱਡਾ ਤਖ਼ਤ। ਤੇ ਤਖ਼ਤ ਹੁੰਦਾ ਬੈਸਨ ਕੋ ਜਾਈ, ਜਾਈ ਕਹਿੰਦੇ ਨੇ ਟਿਕਾਣੇ ਨੂੰ, ਫਲਾਣੀ ਜਾ ਤੇ ਬਹਿ ਜਾ, ਜਾ ਦਾ ਅਰਥ ਹੈ ਟਿਕਾਣਾ ਸਥਾਨ। ਬੈਸਨ ਕੋ ਜਾਈ, ਇੱਥੇ ਲਫ਼ਜ਼ ਜਾਈ ਨਹੀਂ ਪੜਨਾ, ਜਾਈ ਬੈਸਨ ਦਾ ਟਿਕਾਣਾ, ਰਹਿਣ ਦਾ ਟਿਕਾਣਾ। ਕਹਿਣ ਲੱਗੇ ਮੇਰੇ ਰੱਬ ਨੇ ਇੱਕ ਤਖ਼ਤ ਬਣਾਇਆ ਤੇ ਕਿਸ ਲਈ ਬਣਾਇਆ? ਆਪ ਬੈਠਣ ਲਈ। ਸੱਚੇ ਤਖ਼ਤ ਰਚਾਇਆ ਬੈਸਣ ਕੋ ਜਾਈ, ਉੱਥੇ ਬੈਠ ਕੇ ਜਿਹੜਾ ਹੁਕਮ ਕੀਤਾ, ਜੋ ਉੱਥੇ ਬੈਠ ਕੇ ਨਿਆਂ ਕੀਤੇ, ਜੋ ਬੈਠ ਕੇ ਫੈਸਲੇ ਕੀਤੇ, ਉਹ ਕਿੰਨਾ ਲਫ਼ਜ਼ਾਂ ਵਿੱਚ ਸਨ? ਸਭ ਕੁਛ ਆਪੇ ਆਪ ਹੈ, ਕਰਨ ਵਾਲਾ ਆਪ ਸੀ, ਫੈਸਲੇ ਕਰਨ ਵਾਲਾ ਆਪ ਸੀ, ਪਰ ਉਹ ਫੈਸਲੇ ਸੁਣਾ ਕਿੱਥੋਂ ਰਿਹਾ ਸੀ? ਗੁਰ ਸ਼ਬਦ ਸੁਣਾਈ। ਆਹ ਗੱਲ ਸਾਰੀ ਸਭ ਤੋਂ, ਰੱਬ ਨੇ ਜੋ ਆਪਣੇ ਫੈਸਲੇ ਸਨ ਉਹ ਸਾਰੇ ਦੁਨੀਆਂ ਦੇ ਸਾਹਮਣੇ ਗੁਰੂ ਸ਼ਬਦ ਦੇ ਰਾਹੀਂ ਰੱਖੇ। ਗੁਰੂ ਸ਼ਬਦ ਦੇ ਰਾਹੀਂ ਫੈਸਲੇ ਹੁੰਦੇ ਸਨ, ਇਸੇ ਲਈ ਗੁਰਬਾਣੀ ਨੇ ਸਪਸ਼ਟ ਕਰ ਦਿੱਤਾ, ਪਰ ਉਹ ਆਪਣਾ ਹੁਕਮ ਸੁਣਾਉਂਦਾ ਕਿੰਦੇ ਰਾਹੀਂ ਹੈ? ਗੁਰੂ ਸ਼ਬਦ ਦੇ ਰਾਹੀਂ। ਰੱਬ ਨੇ ਸੰਸਾਰ ਦੁਨੀਆ ਇੱਕ ਤਖ਼ਤ ਬਣਾਇਆ ਆਪਣੇ ਰਹਿਣ ਲਈ, ਰੱਬ ਇੱਥੇ ਰਹਿੰਦਾ ਤੇ ਜੋ ਕੁੜੇ ਇੱਥੇ ਹੁਕਮ ਵਰਤਾਉਂਦਾ ਉਹ ਗੁਰੂ ਸ਼ਬਦ ਦੇ ਰਾਹੀਂ ਸੁਣਾਉਂਦਾ। ਤੇ ਨਿਸ਼ਾਨੀ ਕੀ ਹੈ ਉਸਦੇ ਤਖ਼ਤ ਦੀ? ਸ੍ਰਿਸ਼ਟੀ ਦਾ ਇੰਨਾ ਵੱਡਾ ਅਡੰਬਰ ਕੁਦਰਤ ਸਾਜ ਦਿੱਤੀ, ਇੱਥੇ ਮਹਿਲ ਬਣਾਏ, ਪਰ ਨਾਲ ਇੱਕ ਗੱਲ ਆਖੀ, ਇਸ ਮਹਿਲਾਂ ਨੂੰ ਆਪਣਾ ਨਾ ਸਮਝੀ, ਸਰਾਂ ਸਮਝੀ। ਸਰਾਂ ਦਾ ਮਹਿਲ ਕੋਈ ਛੋਟਾ ਤਾਂ ਨਹੀਂ ਹੁੰਦਾ, ਸਰਾਂ ਦੀ ਇਮਾਰਤ ਕੋਈ ਛੋਟੀ ਤਾਂ ਨਹੀਂ, ਬਹੁਤ ਵੱਡੀ ਹੁੰਦੀ। ਪਤਾ ਨਹੀਂ ਕਿੰਨੇ ਕੁ ਮੁਸਾਫਰਾਂ ਨੇ ਉੱਥੇ ਆਉਣਾ। ਰੱਬ ਨੇ ਇੰਨੀ ਵੱਡਾ, ਇੰਨਾ ਵੱਡਾ ਮਹਿਲ ਇਸ ਸੰਸਾਰ ਦਾ ਬਣਾ ਦਿੱਤਾ, ਪਤਾ ਨਹੀਂ ਕਰੋੜਾਂ ਦੀ ਅਰਬਾਂ ਦੀ ਤਾਦਾਦ ਵਿੱਚ ਮੁਸਾਫਰ ਇੱਥੇ ਆਉਂਦੇ ਨੇ, ਤੁਰੇ ਜਾਂਦੇ ਨੇ, ਆਉਂਦੇ ਨੇ, ਤੁਰੇ ਜਾਂਦੇ। ਹੈ ਸਰਾਂ ਪਰ ਮਹਿਲ ਬਹੁਤ ਵੱਡਾ। ਹੁਣ ਰੱਬੀ ਤਖ਼ਤ ਦਾ ਇਜ਼ਹਾਰ ਕਰ ਰਹੇ ਨੇ, ਕਹਿ ਲਈਏ ਵਿੱਚ ਰੋਸ਼ਨੀ ਵੀ ਤਾਂ ਚਾਹੀਦੀ ਸੀ। ਅੱਜ ਦੀ ਪਹਿਲੇ ਦਿਨ ਤੋਂ ਲੋੜ ਸੀ ਉਦੋਂ ਦੀਵੇ ਭਾਵੇਂ ਲੈਂਪਾਂ, ਕੋਈ ਵੀ ਸੰਸਾਧਨ ਤਾਂ ਲੋੜ ਹੈ ਲਾਈਟ ਦੀ। ਅੱਜ ਵੀ ਕੋਈ ਨਵੀਆਂ ਕਲੋਨੀਆਂ ਵਸਾਈਆਂ ਜਾਣ, ਪਹਿਲਾਂ ਉੱਥੇ ਲਾਈਟ ਦਾ ਇੰਤਜ਼ਾਮ ਕੀਤਾ ਜਾਵੇ। ਤੇ ਮੇਰੇ ਰੱਬ ਨੇ ਵੀ ਇੰਨਾ ਵੱਡਾ ਤੇ ਮਹਿਲ ਸੰਸਾਰ ਦਾ ਬਣਾਉਣਾ ਸੀ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹਨੇ ਆਪਣੇ ਬੈਸਣ ਲਈ ਥਾਂ ਬਣਾਉਣਾ ਸੀ। ਚੰਦ ਸੂਰਜ
ਚੰਦ ਤੇ ਸੂਰਜ ਦੋ ਚਾਨਣੇ ਬਣਾ ਦਿੱਤੇ ਇੱਕ ਰਾਤ ਲਈ ਇੱਕ ਦਿਨ ਲਈ। ਚੰਦ ਸੂਰਜ ਦੋ ਚਾਨਣੇ ਪੂਰੀ ਬਣਤ ਬਣਾਈ, ਇਹੋ ਆਪਣੇ ਘਰ ਦੀ ਆਪਣੇ ਤਖਤ ਦੀ ਬੜੀ ਵੱਡੀ ਬਣਤ ਬਣਾ ਦਿੱਤੀ ਮੇਰੇ ਰੱਬ ਨੇ। ਸੋਚੋ ਇਹ ਤਖਤ ਕੋਈ ਗਿਣੇ ਮਿੱਥੇ ਸਾਲਾਂ ਗਿਣੇ ਮਿੱਥੇ ਕਿਸੇ ਦਿਨਾਂ ਦਾ ਮੁਹਤਾਜ ਹੈ? ਅਡੰਬਰ ਜ਼ਰੂਰ ਠੀਕ ਹੈ, ਕਨਸੈਪਟ ਜ਼ਰੂਰ ਠੀਕ ਹੈ, ਕਿਉਂਕਿ ਤਖਤ ਉਹੋ ਹੀ ਜਿੱਥੋਂ ਰੱਬੀ ਪੈਗਾਮ ਮਿਲਣਾ ਸੀ ਮੇਰੇ ਰੱਬ ਨੇ ਉਹ ਬਣਾਇਆ, ਤੇ ਗੁਰੂ ਦੇ ਰਾਹੀਂ ਮਿਲਣਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜੀਵਨ ਕਾਲ ਦਾ ਤਖਤ ਵੀ ਦੱਸਿਆ, ਜਦੋਂ ਜਹਾਂਗੀਰ ਨੇ ਅਨਿਆਏ ਦਾ ਸਮਾਂ ਲਿਆ, ਜਦੋਂ ਝੂਠ ਨੇ ਵਕਤ ਦੇ ਬਾਦਸ਼ਾਹ ਨੂੰ ਆਪਣੀ ਜ਼ੇਰੇ ਵਿਚਾਰ ਲੈ ਆਂਦਾ, ਚੰਦੂ ਕੀ ਸੀ ਝੂਠ ਬੋਲਣ ਵਾਲਾ, ਜਹਾਂਗੀਰ ਸ਼ਕਤੀਵਾਨ ਉਹਦੀ ਵਿਚਾਰ ਦੇ ਅਧੀਨ ਹੋ ਗਿਆ। ਉਹਨੂੰ ਚੰਦੂ ਨੇ ਇਹ ਗੱਲ ਸਮਝਾ ਦਿੱਤੀ ਕਿ ਤੇਰੇ ਲਈ ਅਰਜਨ ਖਤਰਾ ਹੈ, ਸਾਡੇ ਲਈ ਵੀ ਅਰਜਨ ਖਤਰਾ ਹੈ। ਪਿਛਲੇ ਦਿਨ ਮੈਂ ਗੱਲ ਕਹੀ ਸੀ, ਮੰਨੇ ਨਹੀਂ ਸਮਝੀ ਨਾ ਚੰਦੂ ਕਿਉਂ ਕਹਿ ਦਿੱਤਾ, ਮੈਂ ਕਿਹੜੀ ਅਜੀਬ ਗੱਲ ਹੈ। ਜਦੋਂ ਅਸੀਂ ਚੰਦੂ ਨੂੰ ਬਰਖਾ ਇਸ ਗੱਲ ਤੋਂ ਬਾਹਰ ਕੱਢ ਦੇਈਏ ਨਾ ਵੀ ਚੰਦੂ ਦਾ ਦੋਸ਼ ਕੋਈ ਨਹੀਂ, ਤੇ ਫਿਰ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੋਸ਼ੀ ਠਹਿਰਾ ਲੈਣ, ਕਿਉਂਕਿ ਸਜ਼ਾ ਦਾ ਫੈਸਲਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਰਹੇ। ਇਹਦਾ ਮਤਲਬ ਗੁਰੂ ਨੂੰ ਪਛਾਣ ਪਈ, ਤੇ ਫਿਰ ਫਰਕ ਕੀ ਹੋਇਆ? ਜਹਾਂਗੀਰ ਨੂੰ ਗੁਰੂ ਦੀ ਪਛਾਣ ਕੋਈ ਨਹੀਂ, ਗੁਰੂ ਨੂੰ ਦੋਖੇ ਦੀ ਪਛਾਣ ਕੋਈ ਨਹੀਂ, ਇਹ ਬਰਾਬਰ ਹੋ ਗਿਆ। ਜਹਾਂਗੀਰ ਵਿੱਚ ਤੇ ਗੁਰੂ ਵਿੱਚ ਇਹੋ ਹੀ ਅੰਤਰ ਹੈ। ਜਹਾਂਗੀਰ ਚੰਦੂ ਦੇ ਆਖੇ ਲੱਗ ਕੇ ਗੁਮਰਾਹ ਹੋ ਸਕਦਾ, ਗੁਰੂ ਦੀ ਪਛਾਣ ਨਾ ਕਰ ਸਕਿਆ। ਗੁਰੂ ਕਿਸੇ ਦੇ ਆਖਿਆ ਗੁਮਰਾਹ ਨਹੀਂ ਹੁੰਦਾ, ਉਹ ਪਛਾਣ ਲੈਂਦਾ, ਤੇ ਗੁਰੂ ਪਛਾਣ ਕੇ ਚੰਦੂ ਨੂੰ ਦੋਸ਼ੀ ਠਹਿਰਾ ਰਿਹਾ, ਤੇ ਅਸੀਂ ਆਖ ਰਹੇ ਹਾਂ ਚੰਦੂ ਦੋਸ਼ੀ ਨਹੀਂ। ਉਸ ਸਾਲ ਪਹਿਲਾਂ ਦੀ ਗੱਲ ਤੁਹਾਨੂੰ ਪਤਾ, ਇਹੋ ਗੱਲ ਕਹੀ ਸੀ ਕਿ ਅਜੀਬ ਗੱਲ ਹੈ। ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਫੈਸਲਾ ਗੁਰੂ ਅਰਜਨ ਫੈਸਲਾ ਗੁਰੂ ਹਰਗੋਬਿੰਦ ਸਾਹਿਬ ਆਪ ਕਰ ਰਹੇ ਨੇ, ਸ਼ਹੀਦ ਕੀਤਾ ਉਹਨੇ ਸਮਝਿਆ ਗੁਰੂ ਅਰਜਨ ਸ਼ਹੀਦ ਖਤਮ ਹੋ ਗਏ। ਤੇ ਮੈਂ ਆਖਿਆ ਸਮਾਂ ਬਦਲਦਾ ਗਿਆ, 400 ਵਰੇ ਬਾਅਦ ਅੱਜ ਚੰਦੂਆਂ ਦੀ ਔਲਾਦ ਨੇ ਵੇਖ ਲਿਆ ਹੈ, ਗੁਰੂ ਅਰਜਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬੈਠੇ ਨੇ, ਉਹ ਤਾਂ ਸ਼ਹੀਦ ਹੋਇਆ ਹੀ ਨਹੀਂ। ਉਹਨਾਂ ਅੱਜ ਉਹ ਹਰਪੇ ਵਰਤਣੇ ਸ਼ੁਰੂ ਕੀਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਹੀਦ ਹੋ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਟਾ ਦਿੱਤੇ ਜਾਣ। ਅੱਜ ਕੋਸ਼ਿਸ਼ ਇਹ ਹੈ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਉੱਠ ਜਾਏ, ਬਿਲਕੁਲ ਚੰਦੂ ਦਾ ਉਹੀ ਕੰਮ। ਤੇ ਮੈਂ ਆਖਿਆ ਕਿਹੜੀ ਅਜੀਬ ਗੱਲ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਚੰਦੂ ਨੂੰ ਪਛਾਣ ਰਹੇ ਨੇ, ਅਸੀਂ ਨਹੀਂ ਪਛਾਣ ਰਹੇ। ਜਿਹੜੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖੀ ਨੂੰ ਤੋੜਨਾ ਚਾਹੁੰਦੇ ਨੇ, ਉਹਨਾਂ ਚੰਦੂਆਂ ਨੂੰ ਅਸੀਂ ਗਲਵਕੜੀ ਪਾਈ ਬੈਠਣ ਲੋ, ਇਸ ਗੱਲ ਤੇ ਨਾਰਾਜ਼ਗੀ ਹੋ। ਸੱਚਾਈ ਸੁਣਨੀ ਵੀ ਕਈ ਵਾਰ ਔਖੀ ਹੋ ਜਾਂਦੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਅਸਥਾਨ ਵੀ ਬੈਠਣ ਲਈ ਇੱਕ ਅਸਥਾਨ ਜਿੱਥੇ ਬੈਠ ਕੇ ਵਕਤ ਦੇ ਤਾਜਦਾਰ ਦੇ ਕਿਸੇ ਅਨਿਆਏ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਅਕਾਲ ਦੀ ਸੱਚੀ ਬਾਣੀ ਦੇ ਪੈਗਾਮ ਨੂੰ ਉੱਚੀ ਆਵਾਜ਼ ਵਿੱਚ ਸੁਣਾਇਆ ਜਾ ਸਕੇ, ਇੱਕ ਸਥਾਨ ਬਣਾਇਆ। ਇੱਥੇ ਵੀ ਲਫ਼ਜ਼ ਹੁਣ ਸੱਚੇ ਤਖ਼ਤ ਰਚਾਇਆ ਵੈਸ਼ਨ ਤੋਂ ਜਾਏ ਠਿਕਾਣਾ, ਲੇਕਿਨ ਉੱਥੇ ਹੋਣਾ ਕੀ ਹੈ? ਹੋਣਾ ਇਹ ਹੈ
कि सब कुछ आपे आप है गुशन सुनाई ये नहीं बोल अज दा रुखन की उत्थो श्री गुरु ग्रंथ साहिब दे हुक्म दे मुताबिक गुरु शब्द दे इंसाफ होने चाहिए सन ओ सुनाए जाने चाहिए सन ओ नहीं सुनाए जा रहे ऐसे आके दुनिया दे बेकब्जा हो गया झूठी दुनिया लग ना आप बनाई है गुरु ने बाणी च आख्या गुरु ते ये आख रहे बोलिए सच धर्म झूठ ना बोलिए जे जाना मर जाइए घूम ना आई है झूठी दुनिया लग ना आप बजाई है बोलिए सच धर्म झूठ ना बोलिए जो गुर दसे वाट मुरीदा जो नहीं हो ते उन्दे समझन लई सानू श्री गुरु ग्रंथ साहिब दी बाणी दे ए सर्व तालक जेडे शब्द ने जेडे हर समय लागू हुंदे ने ओ समझने पैणगे के गुरु घर अंदर तखत बणिया ही गुरु दे शब्द दे सच नूं उगाड़न लई ते दसो बैठण दा ठिकाणा है फैसला गुरु अमरदास पातशाह जी दा है ते उहनां लफ्ज़ां विच है ਸਮਰੱਥ ਅਕਾਲ ਪੁਰਖ ਨੂੰ ਮੰਨਿਆ ਜਾਏ ਇਸੇ ਲਈ ਨਾਮ ਅਕਾਲ ਦਾ ਨਾਲ ਜੋੜਿਆ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਤਖ਼ਤ ਨਹੀਂ ਬਿਲਕੁਲ ਨਹੀਂ ਨਾਂ ਜੋੜਿਆ ਇਸ ਤਖ਼ਤ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਤੇ ਨਹੀਂ ਰੱਖਿਆ ਤਖ਼ਤ ਦੇ ਨਾਂ ਨਾਲ ਅਕਾਲ ਸ਼ਬਦ ਜੋੜਿਆ ਭਾਵੇਂ ਉਸ ਤਖ਼ਤ ਦਾ ਇੱਕ ਪ੍ਰਕਰਨ ਸਮਝਾਉਣ ਲਈ ਸੀ ਜਿਹੜਾ ਅਕਾਲ ਪੁਰਖ ਨੇ ਆਪ ਰਚਿਆ ਸੀ ਸਭ ਕੁਛ ਆਪੇ ਆਪ ਹੈ ਹਰ ਸੱਚੇ ਤਖ਼ਤ ਰਚਾਇਆ ਬੈਸਨ ਕੋ ਜਾਈ ਸਭ ਕੁਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਸਭ ਕੁਛ ਅਕਾਲ ਪੁਰਖ ਹੈ ਇਸ ਲਈ ਤਖ਼ਤ ਅਕਾਲ ਦਾ ਹੀ ਹੈ ਪਰ ਗੁਰ ਸ਼ਬਦ ਸੁਣਾਈ
ਉੱਥੇ ਗੁਰੂ ਸ਼ਬਦ ਦੀ ਅਗਵਾਈ ਵਿੱਚ ਸਭ ਕੁਝ ਸੁਣਾਇਆ ਜਾਏ ਜਿਹੜਾ ਨਹੀਂ ਹੋ ਰਿਹਾ। ਆਹੋ ਗੁਰੂ ਹਰਗੋਬਿੰਦ ਸਾਹਿਬ ਬਖਸ਼ਿਸ਼ ਕਰਨ ਕਿ ਜਿਨ੍ਹਾਂ ਨੇ ਜੇ ਅਕਾਲ ਦੇ ਤਖ਼ਤ ਨੂੰ ਦੀ ਰਚਨਾ ਕੀਤੀ ਨੇ ਤਾਂ ਫਿਰ ਅਕਾਲ ਦੀ ਬਾਣੀ ਦਾ ਹੀ ਉੱਥੇ ਪਹਿਰਾ ਹੋਣਾ ਚਾਹੀਦਾ। ਜਦੋਂ ਵੀ ਅਕਾਲ ਦੀ ਬਾਣੀ ਦਾ ਪਹਿਰਾ ਹੋਵੇਗਾ ਅਨਿਆਏ ਖਤਮ ਹੋ ਜਾਏਗਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।